ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਅੱਜ ਲਾਡੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਲਾਡੋਵਾਲ ਟੋਲ ਪਲਾਜ਼ਾ ਦੇ ਆਫਿਸ ਦੇ ਉੱਤੇ ਤਾਲੇ ਲਾ ਦਿੱਤੇ ਗਏ। ਸ਼ਾਂਤੀਪੂਰਨ ਢੰਗ ਦੇ ਨਾਲ ਟੋਲ ਪਲਾਜ਼ਾ ਬੰਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਕਾਂਗਰਸੀ ਆਗੂਆਂ ਵੱਲੋਂ, ਪਰ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਜਿਹੜੇ ਕੈਬਿਨ ਬਣੇ ਹੋਏ ਸੀਗੇ ਉਹਨਾਂ ਦੇ ਉੱਤੇ ਭੰਨਤੋੜ ਕੀਤੀ ਗਈ ਹੈ, ਸ਼ੀਸ਼ੇ ਤੋੜੇ ਗਏ ਨੇ ਅਤੇ ਜੋ ਕੰਚ ਤੁਸੀਂ ਸੜਕਾਂ ਦੇ ਬਿਖਰਿਆ ਦੇਖ ਰਹੇ ਹੋ ਇਹ ਅੱਜ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਜਿਹੜੇ ਟੋਲ ਪਲਾਜ਼ਾ ਬੰਦ ਕਰਵਾਉਣ ਦੀ ਕਾਰਵਾਈ ਸੀ, ਕਿਹਾ ਜਾ ਰਿਹਾ ਕਿ ਉਸ ਦੌਰਾਨ ਇਹ ਸਾਰਾ ਇੰਸੀਡੈਂਟ ਸਾਹਮਣੇ ਆਇਆ। ਇਹ ਕਿਹਨਾਂ ਵੱਲੋਂ ਭੰਨਤੋੜ ਕੀਤੀ ਗਈ ਇਹ ਹਲੇ ਸਪਸ਼ਟ ਨਹੀਂ ਹੈ, ਪਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਦਾ ਕਹਿਣਾ ਕਿ ਇਹ ਜਿਹੜਾ ਅੱਜ ਭੰਨਤੋੜ ਕੀਤੀ ਗਈ ਹੈ ਇਹ ਅੱਜ ਦਾ ਹੀ ਇੰਸੀਡੈਂਟ ਹੈ, ਕਿਉਂਕਿ ਕੱਚ ਜੋ ਤਸਵੀਰਾਂ ਤੁਸੀਂ ਖਿਲ ਰਿਹਾ ਦੇਖ ਰਹੇ ਹੋ ਬਿਲਕੁਲ ਤਾਜ਼ਾ ਲੱਗ ਰਿਹਾ ਕਿ ਇਹ ਪਹਿਲਾਂ ਦੇ ਸ਼ੀਸ਼ਾ ਟੁੱਟਿਆ ਹੋਇਆ ਨਹੀਂ ਲੱਗ ਰਿਹਾ। ਦੂਜੇ ਪਾਸੇ ਕੰਪਿਊਟਰ ਅਤੇ ਹੋਰ ਜੋ ਸਾਜੋ ਸਮਾਨ ਆ ਉਹ ਵੀ ਬਿਖਰਿਆ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ। ਜਦੋਂ ਇਸ ਬਾਰੇ ਹਲਕਾ ਗਿੱਲ ਦੇ ਵਿਧਾਇਕ ਅਤੇ ਇਸ ਜੋ ਲਾਡੋਵਾਲ ਟੋਲ ਪਲਾਜ਼ਾ ਜਿਨ੍ਹਾਂ ਦੇ ਏਰੀਆ ਦੇ ਵਿੱਚ ਪੈਂਦਾ ਉਹਨਾਂ ਨਾਲ ਗੱਲਬਾਤ ਕੀਤੀ ਕੁਲਦੀਪ ਵੈਦ ਦੇ ਨਾਲ, ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜਿਹੜਾ ਅੱਜ ਦਾ ਪ੍ਰਦਰਸ਼ਨ ਸੀਗਾ ਸ਼ਾਂਤੀਪੂਰਨ ਸੀਗਾ, ਪਰ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਵਾ। ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜੋ ਅੱਜ ਲਾਡੋਵਾਲ ਟੋਲ ਪਲਾਜ਼ਾ ਉੱਤੇ ਪ੍ਰਦਰਸ਼ਨ ਕੀਤਾ ਗਿਆ, ਉਸ ਤੋਂ ਬਾਅਦ ਕੈਬਿਨ ਦੇ ਸ਼ੀਸ਼ੇ ਟੁੱਟੇ ਹੋਏ ਨੇ ਅਤੇ ਲੱਗਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਜੋ ਪ੍ਰਦਰਸ਼ਨ ਦੇ ਦੌਰਾਨ ਕੁਛ ਪ੍ਰਦਰਸ਼ਨਕਾਰੀਆਂ ਵੱਲੋਂ ਇਸ ਤਰ੍ਹਾਂ ਦੇ ਇੰਸੀਡੈਂਟ ਨੂੰ ਅੰਜਾਮ ਦਿੱਤਾ ਗਿਆ। ਪਰ ਗੱਲ ਕਰਦੇ ਹਾਂ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਕੁਛ ਕਰਮਚਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਵਾ। ਇਹ ਜਿਹੜਾ ਅੱਜ ਕੈਬਿਨਾਂ ਦੇ ਸ਼ੀਸ਼ੇ ਟੁੱਟੇ ਹੋਏ ਅੱਜ ਟੁੱਟੇ ਹੋਏ ਕਿ ਪਹਿਲਾਂ ਦੇ ਟੁੱਟੇ ਹੋਏ ਸੀ? ਤਾਂ ਪਤਾ ਨਹੀਂ ਜੀ, ਹੁਣ ਮੇਰੀ ਡਿਊਟੀ ਨਹੀਂ ਹੁੰਦੀ ਇੱਥੇ ਕਿ ਜਿਹੜੇ ਅੰਦਰ ਬੈਠਦੇ ਆ ਉਹੀ ਦੱਸ ਸਕਦੇ ਆ ਜੀ। ਬਿਲਕੁਲ, ਕਰਮਚਾਰੀ ਕੁਛ ਵੀ ਕੈਮਰੇ ਦੇ ਸਾਹਮਣੇ ਦੱਸਣ ਨੂੰ ਤਿਆਰ ਨਹੀਂ ਆ, ਪਰ ਕੈਮਰੇ ਤੋਂ ਬਗੈਰ ਦੱਸ ਰਹੇ ਨੇ ਕਰਮਚਾਰੀ ਕਿ ਇਹ ਜਿਹੜਾ ਸ਼ੀਸ਼ੇ ਟੁੱਟੇ ਗਏ ਨੇ, ਕੈਬਿਨਾਂ ਦੀ ਭੰਨਤੋੜ ਕੀਤੀ ਗਈ ਇਹ ਅੱਜ ਪ੍ਰਦਰਸ਼ਨ ਦੇ ਦੌਰਾਨ ਹੋਈ ਆ, ਪਰ ਕੈਮਰੇ ਦੇ ਸਾਹਮਣੇ ਕੋਈ ਵੀ ਲਾਡੋਵਾਲ ਟੋਲ ਪਲਾਜ਼ਾ ਦਾ ਕਰਮਚਾਰੀ ਇਸ ਬਾਰੇ ਕਹਿਣ ਨੂੰ ਤਿਆਰ ਨਹੀਂ ਆ। ਪਰ ਦੇਖਣਾ ਇਹ ਹੋਵੇਗਾ ਕਿ ਹੁਣ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ, ਲੋਕ ਬਗੈਰ ਟੋਲ ਦਿੱਤੇ ਇੱਥੋਂ ਦੇ ਨਿਕਲ ਰਹੇ ਨੇ, ਇਹ ਕਾਰਵਾਈ ਕਦੋਂ ਤੱਕ ਚੱਲਦੀ ਆ? ਕਿਉਂਕਿ ਕਰਮਚਾਰੀ ਜਿਹੜੇ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀ ਆ ਇਹ ਸਪਸ਼ਟ ਤੌਰ 'ਤੇ ਕੁਛ ਵੀ ਜਵਾਬ ਦੇਣ ਨੂੰ ਤਿਆਰ ਨਹੀਂ ਕਿ ਲਾਡੋਵਾਲ ਟੋਲ ਪਲਾਜ਼ਾ ਬੰਦ ਰਹੂੰਗਾ ਜਾਂ ਕੁਛ ਸਮੇਂ ਬਾਅਦ ਇਸ ਨੂੰ ਦੁਬਾਰਾ ਚਾਲੂ ਕੀਤਾ ਜਾਵੇਗਾ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ ਟੀਵੀ, ਲਾਡੋਵਾਲ, ਲੁਧਿਆਣਾ।